ਹਾਂਜੀ ਦੋਸਤੋ ਐਮਰਡਿ ਜੋਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਦੀਨ ਸਿਵਮਾਂ ਚੌਨ ਬੋਰਡ ਪੰਜਾਬ ਦੇ ਵੱਲੋਂ ਜੀ ਬਨ ਵਿਭਾਗ ਦੇ ਵਿੱਚ ਫੋਰੈਸਟ ਗਾਰਡ ਦੀਆਂ ਅਸਾਮੀਆਂ ਦੇ ਸਬੰਧ ਵਿੱਚ ਇੱਕ ਬਿਲਕੁਲ ਨਵਾਂ ਫਰੈਸ਼ ਅਤੇ ਤਾਜ਼ਾ ਅਪਡੇਟ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ حاضر ਹੋ ਚੁੱਕੇ ਹਾਂ ਇਸ ਵੀਡੀਓ ਦੇ ਵਿੱਚ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਇਸ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਾ ਮ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜੇ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਪੜਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਅਤੇ ਪੋਸਟਾਂ ਤੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅਦੀਨ ਸੇਮਾ ਮਚੌਨ ਬੋਰਡ ਵੱਲੋਂ ਜੀ ਪੋਸਟਾਂ ਆਈਆਂ ਸੀ ਜੀ ਫੋਰੈਸਟ ਗਾਰਡ ਫੋਰੈਸਟਰ ਡਿਪਟੀ ਰੇਂਜ ਦੀਆਂ ਅਸਾਮੀਆਂ ਆਈਆਂ ਸੀ ਜੀ ਇਸ਼ਤਿਹਾਰ ਨੰਬਰ ਸੀ 782022 ਇਸ ਦੇ ਰਾਈਨ ਜੋ ਰਿਟਨ ਟੈਸਟ ਕੁਆਲੀਫਾਈ ਕੀਤਾ ਸੀ ਉਹਨਾਂ ਦੀ ਜੋ ਕਾਉਂਸਲਿੰਗ ਹੈ ਦਫਤਰ ਜਲ ਸਰੋਤ ਭਵਨ ਸੈਕਟਰ 68 ਮਹਾਲੀ ਪੰਜਾਬ ਵਿਖੇ 13/6/2023 ਤੋਂ 15/6/2023 ਤੱਕ ਸਵੇਰੇ 8 ਵਜੇ ਤੋਂ ਕੀਤੀ ਜਾਵੇਗੀ ਜੀ ਨੋਟ ਕਰੋ ਜੀ ਇਹਨਾਂ ਅਸਾਮੀਆਂ ਲਈ ਲਿਖਤੀ ਪੇਪਰ ਦੇ ਮੈਰਿਟ ਅੰਕਾ ਦੇ ਆਧਾਰ ਤੇ ਉੱਤੇ ਬੱਖ-ਬੱਖ ਸ਼੍ਰੇਣੀਆਂ ਵਿੱਚ ਉਮੀਦਵਾਰ ਨੂੰ ਹੇਠ ਦਰਸਾਈ ਕੱਟ-ਆਫ ਤੱਕ ਸ਼ਾਰਟਲਿਸਟ ਕਰਦੇ ਹੋਏ ਕਾਉਂਸਲਿੰਗ ਲਈ ਬੁਲਾਇਆ ਗਿਆ ਜੀ ਨੋਟ ਕਰੋ ਸਭ ਤੋਂ ਪਹਿਲਾਂ ਜੀ ਇਹ ਅਸਾਮੀ ਦਾ ਨਾਮ ਹੈ ਜੀ ਉਪ ਰੇਂਜਰ ਉਪਰਿੰਜਤ ਦੇ ਵਿੱਚ ਜਰਨਲ ਕੈਟਾਗਰੀ ਦੇ ਵਿੱਚ ਮੇਲ ਅਤੇ ਫੀਮੇਲ ਦੇ ਵਿੱਚ ਮੇਲ ਨੂੰ ਕੋਈ ਨਹੀਂ ਬੁਲਾਇਆ ਗਿਆ ਜੀ ਫੀਮੇਲ ਦੇ ਵਿੱਚ 72.25 ਅੰਕਾਂ ਵਾਲੇ ਨੂੰ 15 6 2023 ਨੂੰ ਬੁਲਾਇਆ ਗਿਆ ਜੀ ਸਾਬਕਾ ਫੌਜੀ ਜਰਨਲ ਖੋਦ ਦੇ ਵਿੱਚ ਜੀ ਮੇਲ ਨੂੰ 25.25 ਅੰਕਾਂ ਵਾਲੇ ਨੂੰ ਤੇ ਫੀਮੇਲ ਸਾਰੇ ਹੀ 15 6 2023 ਨੂੰ ਬੁਲਾਏ ਗਏ ਨੇ ਸਾਬਕਾ ਫੌਜੀ ਜਰਨਲ ਆਸਰੇਦ ਦੇ ਵਿੱਚ ਮੇਲ ਕਿਸੇ ਨੂੰ ਨਹੀਂ ਬੁਲਾਇਆ ਗਿਆ ਤੇ ਫੀਮੇਲ ਦੇ ਵਿੱਚ 72.25 ਅੰਕਾਂ ਵਾਲੇ ਨੂੰ 15 6 2023 ਨੂੰ ਬੁਲਾਇਆ ਗਿਆ ਜੀ ਅਸਾਮੀ ਦਾ ਨਾਂ ਜੀ ਫੋਰੈਸਟਰ ਜਿੱਤੇ ਵਿੱਚ ای ڈਬਲਯੂ ایس ਦੇ ਵਿੱਚ ਮੇਲ 60.75 ਅੰਕਾਂ ਵਾਲੇ ਨੂੰ 15 6 2023 ਨੂੰ ਬੁਲਾਇਆ ਗਿਆ ਤੇ ਫੀਮੇਲ ਨੂੰ 60.75 ਅੰਕਾਂ ਵਾਲੇ ਨੂੰ 15 6 2023 ਨੂੰ ਬੁਲਾਇਆ ਗਿਆ ਹੈ ਜੀ ਨੈਕਸਟ ਹੈ ਜੀ ਬਨਗਾਰਡ ਦੇ ਵਿੱਚ ਜਰਨਲ ਦੇ ਵਿੱਚ ਮੇਲ ਕੈਂਡੀਡੇਟ ਜਿਨ੍ਹਾਂ ਦੇ 91.50 ਅੰਕ ਸੀ 13 6 2023 ਨੂੰ ਬੁਲਾਇਆ ਗਿਆ ਹੈਗਾ ਜੀ ਫੀਮੇਲ ਦੇ ਵਿੱਚ 91.50 ਅੰਕਾਂ ਵਾਲੇ ਨੂੰ 14 6 2023 ਨੂੰ ਬੁਲਾਇਆ ਗਿਆ ਹੈਗਾ ਜੀ ਅਨੁਸੂਚਿਤ ਜਾਤੀ ਐਮਬੀ ਦੇ ਵਿੱਚ ਮੇਲ ਕੈਂਡੀਡੇਟ ਨੂੰ 69.50 ਵਾਲੇ ਅਤੇ ਫੀਮੇਲ 69.50 ਵਾਲੇ 14 6 2023 ਨੂੰ ਬੁਲਾਏ ਗਏ ਨੇ ਅਨੁਸੂਚਿਤ ਜਾਤੀ ਆਰਓ ਦੇ ਵਿੱਚ ਮੇਲ 76 ਫੀਮੇਲ 63 ਵਾਲੇ 13 6 2023 ਨੂੰ ਬੁਲਾਏ ਗਏ ਨੇ ਸਾਬਕਾ ਫੌਜੀ ਜਨਰਲ ਖੋਦ ਦੇ ਵਿੱਚ ਜੀ ਮੇਲ 53 ਅਤੇ ਫੀਮੇਲ ਸਾਰੇ ਹੀ ਬੁਲਾਏ ਗਏ ਨੇ ਜੋ ਕਿ 14 6 2023 ਨੂੰ ਬੁਲਾਏ ਗਏ ਨੇ ਸਾਬਕਾ ਫੌਜੀ ਜਨਰਲ ਆਸਰੇ ਦੇ ਵਿੱਚ ਕਿਸੇ ਨੂੰ ਨਹੀਂ ਬੁਲਾਇਆ ਗਿਆ ਜੀ ਸਾਬਕਾ ਫੌਜੀ ਅਨੁਸੂਚਿਤ ਜਾਤੀ ਐਮਬੀ ਖੁਦ ਦੇ ਵਿੱਚ ਮੇਲ 32.50 ਤੇ ਫੀਮੇਲ ਸਾਰੇ ਹੀ ਅੰਕਾਂ ਵਾਲੇ ਬੁਲਾਏ ਗਏ ਨੇ ਜਿਸ ਦੇ ਵਿੱਚ 13 6 2023 ਨੂੰ ਬੁਲਾਏ ਗਏ ਨੇ ਸਾਬਕਾ ਫੌਜੀ ਅਨੁਸੂਚਿਤ ਜਾਤੀ ਐਮਬੀ ਆਸਰੇ ਦੇ ਵਿੱਚ ਮੇਲ ਕਿਸੇ ਨੂੰ ਨਹੀਂ ਅਤੇ ਫੀਮੇਲ ਕਿਸੇ ਨੂੰ ਨਹੀਂ ਬੁਲਾਇਆ ਗਿਆ ਖਿਡਾਰੀ ਅਨੁਸੂਚਿਤ ਜਾਤੀ ਐਮਬੀ ਦੇ ਵਿੱਚ ਮੇਲ ਸਾਰਿਆਂ ਨੂੰ ਹੀ ਅਤੇ ਫੀਮੇਲ ਸਾਰਿਆਂ ਨੂੰ ਹੀ ਬੁਲਾਇਆ ਗਿਆ ਜੋ ਕਿ 15 6 2023 ਨੂੰ ਬੁਲਾਏ ਗਏ ਨੇ ਖਿਡਾਰੀਆਂ ਸੂਚਿਤ ਜਾਤੀ ਆਰੋ ਦੇ ਵਿੱਚ ਮੇਲ ਸਾਰੇ ਹੀ ਬੁਲਾਏ ਗਏ ਨੇ ਤੇ ਫੀਮੇਲ ਸਾਰੇ ਹੀ ਬੁਲਾਏ ਗਏ ਨੇ ਜੋ ਕਿ 15 6 2023 ਨੂੰ ਬੁਲਾਏ ਗਏ ਨੇ ਸੁਤੰਤਰਤਾ ਸੰਗਰਾਮੀ ਦੇ ਵਿੱਚ ਮੇਲ 41 ਵਾਲੇ ਤੇ ਫੀਮੇਲ 41 ਵਾਲੇ 15 6 2023 ਨੂੰ ਬੁਲਾਏ ਗਏ ਨੇ ਜੀ ਆਰਥਿਕ ਤੌਰ ਤੇ ਕਮਜ਼ੋਰ ਵਰਗ ایਡਬਲਯੂਐਸ ਵਾਲੇ ਮੇਲ 99.50 ਤੇ ਫੀਮੇਲ 99.50 15 6 2023 ਨੂੰ ਬੁਲਾਏ ਗਏ ਨੇ ਜੀ ਔਰ ਉਮੀਦਵਾਰ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਕਾਉਂਸਲਿੰਗ ਲਈ ਆਪਣੇ ਅਸਲ ਦਸਤਾਵੇਜ਼ ਸਮਰੱਥਤਾ ਦਾਰਟੀ ਦੁਆਰਾ ਜਾਰੀ オリジナル ਡਾਕੂਮੈਂਟਸ ਜੋ ਕਿ ਅੱਗੇ ਡੀ ਦੇ ਵਿੱਚ ਦਰਸਾਏ ਗਏ ਹਨ ਸਮੇਤ ਦਫਤਰ ਜਲ ਸਰੋਤ ਪਾਵਰ ਸੈਕਟਰ 68 ਮਹਾਲੀ ਪੰਜਾਬ ਅਧੀਨ ਸੇਵਾਮਾ ਚੋਣ ਬੋਰਡ ਦੇ ਦਫਤਰ ਦੇ ਨਾਲ ਵਿਖੇਤ ਹੈ ਮਿਤੀ ਅਤੇ ਸਮੇਂ ਅਨੁਸਾਰ ਹਾਜ਼ਰ ਹੋਣਾ ਯਕੀਨੀ ਬਣਾਉਣ ਇਸ ਤੋਂ ਇਲਾਵਾ ਕਾਉਂਸਲਿੰਗ ਸਮੇਂ ਡੀ ਵਿੱਚ ਦਰਸਾਏ ਗਏ 10 ਤਬੇ ਸਰਟੀਫਿਕੇਟਾਂ ਦੀ ਸਵੈ ਤਸਦੀਕ ਸੋਦਾ ਕਾਪੀਆਂ ਗੱਤੇ ਦੀ ਫਾਈਲ ਕਵਰ ਨਾਲ ਕੇ ਪਲਾਸਟਿਕ ਦੇ ਫੋਲਡਰ ਵਿੱਚ ਤਰਤੀਬ ਅਰ ਡੈਕ ਨਾਲ ਨੱਥੀ ਕਰਕੇ ਪੇਸ਼ ਕਰਨਾ ਲਾਜ਼ਮੀ ਤੌਰ ਤੇ ਯਕੀਨੀ ਬਣਾਉਣਗੇ ਉਮੀਦਵਾਰ ਸੰਬੰਧਤ ਉਮੀਦਵਾਰ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਕਾਉਂਸਲਿੰਗ ਪਰਫਾਰਮਾ ਜੋ ਕਿ ਏ ਵਿੱਚ ਸਵੈ ਘੋਸ਼ਣਾ ਪੱਤਰ ਬੀ ਅਤੇ ਸੀ ਹਰ ਪੱਖੋਂ ਮੁਕੰਮਲ ਭਰਿਆ ਹੋਇਆ ਪੇਸ਼ ਕਰਨਗੇ ਜੀ ਉਮੀਦਵਾਰ ਇਹ ਪਰਫਾਰਮਾ ਆਪਣੇ ਹੀ ਘਰੋਂ ਭਰ ਕੇ ਲੈ ਕੇ ਆਉਣਗੇ ਤਾਂ ਜੋ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਦਫ਼ਤਰ ਵਿੱਚ ਇਕੱਠ ਹੋਣ ਤੋਂ ਬਚਿਆ ਜਾ ਸਕੇ ਤੇ ਕਾਉਂਸਲਿੰਗ ਦੀ ਪ੍ਰਕਿਰਿਆ ਨੂੰ ਜਲਦ ਸਮਾਪਤ ਕੀਤਾ ਜਾਵੇ ਕੁਝ ਟਰਮ ਐਂਡ ਕੰਡੀਸ਼ਨਸ ਨੇ ਜੀ ਤੇ ਕੁਝ ਨੋਟ ਲਿਖੇ ਹੋਏ ਨੇ ਚੰਗੀ ਤਰ੍ਹਾਂ ਪੜ੍ਹ ਕੇ ਫੇਰ ਹੀ ਤੁਸੀਂ ਕਾਉਂਸਲਿੰਗ ਦੇ ਉੱਤੇ ਜਾਣਾ ਹੈਗਾ ਜੀ ਤੇ ਜੋ ਡਾਕੂਮੈਂਟਸ ਦੱਸੇ ਗਏ ਨੇ ਤੁਸੀਂ ਨਾਲ ਲੈ ਕੇ ਜ਼ਰੂਰ ਜਾਣੇ ਨੇ ਭਰ ਕੇ ਤੇ ਏਸੀ ਅਜਨ ਨੋਟੀਫਿਕੇਸ਼ਨ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਸਾਰਿਆਂ ਨੂੰ 올 ਦੀ ਬੈਸਟ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ